ਡਾਕਟਰ ਬੀ ਆਰ ਅੰਬੇਡਕਰ ਐਜੂਕੇਸ਼ਨਲ ਵੈਲਫੇਅਰ ਸੁਸਾਇਟੀ ਸਰਕਲ ਅਪਰਾ ਵੱਲੋਂ ਪਿੰਡ ਗੁੜਾ ਵਿਖੇ ਸਥਿਤ ਡਾਕਟਰ ਅੰਬੇਡਕਰ ਪਾਰਕ ਵਿੱਚ ਫਲਦਾਰ ਅਤੇ ਸ਼ਾਨਦਾਰ ਬੂਟੇ ਲਗਾਏ ਗਏ। ਇਸ ਮੌਕੇ ਬੋਲਦਿਆਂ ਕਮਲ ਕੁਮਾਰ ਚੱਕ ਸੱਬੂ, ਵਿਨੇ ਅਪਰਾ ਅਤੇ ਨਿਰਮਲ ਗੁੜਾ ਨੇ ਕਿਹਾ ਕਿ ਡਾਕਟਰ ਬੀ ਆਰ ਅੰਬੇਡਕਰ ਐਜੂਕੇਸ਼ਨਲ ਵੈਲਫੇਅਰ ਸੁਸਾਇਟੀ ਸਰਕਲ ਅਪਰਾ ਦਾ ਮੁੱਖ ਮਕਸਦ ਇਲਾਕੇ 'ਚ ਵੱਧ ਤੋਂ ਵੱਧ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਜਾਗਰੂਕ ਕਰਕੇ ਉਹਨਾਂ ਦੀ ਮਦਦ ਕਰਨਾ ਅਤੇ ਵਾਤਾਵਰਨ ਨੂੰ ਬਚਾਉਣ ਲਈ ਵੱਧ ਤੋਂ ਵੱਧ ਬੂਟੇ ਲਗਾਉਣਾ ਹੈ। ਉਹਨਾਂ ਅੱਗੇ ਕਿਹਾ ਕਿ ਦੋਵੇਂ ਕਾਰਜ ਜੇਕਰ ਅਸੀਂ ਸਹੀ ਢੰਗ ਨਾਲ ਕਰ ਲੈਂਦੇ ਹਾਂ ਤਾਂ ਆਪਣਾ ਅਤੇ ਆਪਣੇ ਬੱਚਿਆਂ ਦਾ ਭਵਿੱਖ ਬਚਾ ਸਕਦੇ ਹਾਂ। ਉਹਨਾਂ ਅੱਗੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਇਲਾਕੇ ਭਰ 'ਚ ਹੋਰ ਵੀ ਫਲਦਾਰ ਅਤੇ ਸ਼ਾਨਦਾਰ ਬੂਟੇ ਲਗਾਏ ਜਾਣਗੇ। ਇਸ ਮੌਕੇ ਕਮਲ ਕੁਮਾਰ ਚੱਕ ਸੱਬੂ, ਵਿਨੇ ਕੁਮਾਰ ਵੰਗੜ, ਨਿਰਮਲ ਗੁੜਾ, ਹਰਬੰਸ ਲਾਲ, ਡਾਕਟਰ ਸੋਮਨਾਥ ਪੰਚ, ਅਰਮਾਨ ਸੰਧੂ ਅਤੇ ਪਿੰਡ ਵਾਸੀ ਹਾਜ਼ਰ ਸਨ। ਅੱਜ ਪਿੰਡ ਗੁੜਾ ਵਿਖੇ ਡਾਕਟਰ ਅੰਬੇਦਕਰ ਪਾਰਕ ਵਿੱਚ ਡਾਕਟਰ ਅੰਬੇਦਕਰ ਐਜੂਕੇਸ਼ਨਲ ਵੈਲਫੇਅਰ ਸੁਸਾਇਟੀ ਅਪਰਾ ਵੱਲੋਂ ਫਲਦਾਰ ਬੂਟੇ, ਛਾਂਦਾਰ ਬੂਟੇ ਲਗਾਏ ਗਏ ਹੈ, ਜੋ ਕਿ ਸਾਡੀ ਪਿਛਲੇ ਕਈ ਦਿਨਾਂ ਤੋਂ ਮੁਹਿੰਮ ਚੱਲੀ ਆ ਰਹੀ ਹੈ। ਹਰ ਪਿੰਡ ਵਿੱਚ ਸਾਡੀ ਸੰਸਥਾ ਵੱਲੋਂ ਬੂਟੇ ਲਗਾਏ ਜਾਂਦੇ, ਪਰ ਬੂਟੇ ਅਸੀਂ ਉੱਥੇ ਲਾਉਂਦੇ ਜਿੱਥੇ ਸਾਂਭ ਸੰਭਾਲ ਹੋਵੇ, ਕਿਉਂਕਿ ਬੂਟੇ ਖਰਾਬ ਬਹੁਤ ਹੁੰਦੇ, ਬੂਟੇ ਖਰਾਬ ਹੋ ਜਾਂਦੇ ਹਨ, ਜ਼ਿਆਦਾਤਰ ਲੋਕ ਸੰਭਾਲ ਨਹੀਂ ਕਰਦੇ ਆਮ ਸੜਕਾਂ 'ਤੇ। ਹੋਰ ਜਿਸ ਵੀ ਸਾਥੀ ਨੂੰ ਬੂਟਿਆਂ ਦੀ ਲੋੜ ਹੈ, ਉਹ ਸਾਨੂੰ ਆਪਣੇ ਜਿਹਦੀ ਬਗਲ ਦੇ ਵਿੱਚ ਘਰ ਵਿੱਚ ਲਾਉਣਾ ਹੈ, ਉਹ ਸਾਨੂੰ ਦੱਸ ਕੇ ਬੂਟੇ ਲਿਜਾ ਸਕਦਾ ਹੈ ਸਾਡੇ ਕੋਲ। ਜੈ ਭੀਮ, ਜੈ ਭਾਰਤ।